ਕਪੂਰਥਲਾ ਦੇ ਪਲੱਥ ਹਲਕੇ ਦੇ ਪਿੰਡ ਭਗਵਾਨਪੁਰਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਵਾਰ ਫਿਰ ਤੋਂ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ ਅਤੇ ਸਿੱਖ ਸੰਗਤ ਨੇ ਰੋਸ ਸਰੂਪ ਪਲੱਥ ਦੇ ਸਰਕਾਰੀ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕੀਤਾ ਹੈ, ਰੋਸ ਪ੍ਰਗਟ ਕੀਤਾ ਹੈ। ਇਸ ਵੇਲੇ ਸਾਡੇ ਨਾਲ ਜਿਹੜੇ ਸਿੱਖ ਸਮੁਦਾਇ ਦੇ ਨੇਤਾ ਨੇ ਉਹ ਮੌਜੂਦ ਨੇ। ਬਾਬਾ ਜੀ, ਕਿਹੜੀ ਸੰਸਥਾ ਤੋਂ ਔਰ ਤੁਸੀਂ ਇੱਥੇ ਪਹੁੰਚਣ ਦਾ ਕਿਸ ਤਰ੍ਹਾਂ ਪਤਾ ਲੱਗਾ ਔਰ ਕੀ ਆ ਕੇ ਤੁਸੀਂ ਪਹਿਲਾਂ ਕੀ ਵੇਖਿਆ? ਅਸੀਂ ਦਮਦਮੀ ਟਕਸਾਲ ਦੇ ਵਿਦਿਆਰਥੀ ਗਿਆਨੀ ਤੇਜਵੀਰ ਸਿੰਘ ਹਾਂ। ਇੱਥੇ ਭੁਲੱਥ ਪਿੰਡ ਦੇ ਸ਼ਹਿਰ ਦੇ ਨੇੜੇ ਭਗਵਾਨਪੁਰ ਪਿੰਡ ਆ, ਉੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕਿਸੇ ਦੁਸ਼ਟ ਨੇ ਅੰਗ ਪਾੜੇ ਅਤੇ ਉੱਥੇ ਉਸ ਸਮੇਂ ਸੰਗਤ ਦੇ ਅੜਿੱਕੇ ਆ ਗਿਆ ਅਤੇ ਪ੍ਰਧਾਨ ਅਤੇ ਕਮੇਟੀ ਦੇ ਕਹਿਣ 'ਤੇ ਫਿਰ ਛੱਡ ਦਿੱਤਾ ਗਿਆ, ਸਿੰਘਾਂ ਨੂੰ ਫੜ ਲਿਆ ਗਿਆ। ਸਿੰਘਾਂ 'ਤੇ ਵੀ ਪਰਚਾ ਉਹ ਪਵਾਉਣ ਡੇ ਅਤੇ ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਹਨਾਂ ਨੇ ਬੇਅਦਬੀ ਕੀਤੀ, ਸਿੰਘਾਂ ਨੇ ਵੱਢਿਆ ਫਟਿਆ ਵੀ। ਸਭ ਨੂੰ ਪਹਿਲਾਂ ਮੈਂ ਇਹ ਸਾਰਿਆਂ ਸਿੰਘਾਂ ਨੂੰ, ਸਾਰੀ ਸਿੱਖ ਸੰਗਤ ਨੂੰ, ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਨੂੰ ਬੇਨਤੀ ਕਰ ਦੇਣਾ ਚਾਹੁੰਦਾ, ਜਿੱਥੇ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕੋਈ ਦੁਸ਼ਟ ਬੇਅਦਬੀ ਕਰਦਾ ਵਾ ਉਹਨੂੰ ਝਟਕਾ ਦਿਉ। ਆਹ ਸਾਡਾ ਨੰਬਰ ਆ 95-92-94-77, ਅਸੀਂ ਆਪੇ ਸਾਂਭਾਂਗੇ, ਠੀਕ ਆ। ਅਤੇ ਇੱਥੇ ਹੁਣ ਪਿੰਡ ਵਾਲਿਆਂ ਦੀ ਸਹਿਮਤੀ ਦੇ ਨਾਲ ਜਿਹੜਾ ਸੰਗਤ ਨੇ ਹਜੂਮ ਨੇ ਉਹਦੇ ਸੱਟਾਂ ਪਿੱਟਾਂ ਲਾਈਆਂ, ਉਹਨੂੰ ਵੱਢਿਆ ਦੁਸ਼ਟ ਨੂੰ, ਅਤੇ ਉੱਥੇ ਹਸਪਤਾਲ ਵਿਖੇ ਹੁਣ ਦਾਖਲ ਆ। ਹੁਣ ਇੱਥੇ ਸਾਰੀ ਸਿੱਖ ਸੰਗਤ ਮੌਜੂਦ ਆ ਅਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਿਰਬੀ ਹੋਈ ਆ, ਬਹੁਤ ਰੋਸ ਆ। ਹੁਣ ਇਹ ਪਤਾ ਲਾਇਆ ਜਾਵੇ ਇਹਦੇ ਪਿੱਛੇ ਹੈ ਕੌਣ ਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬਿਰਬੀ ਕਰਵਾਉਣ ਕੌਣ ਡਿਆ ਵਾ? ਇਹ ਦੁਸ਼ਟ ਆ, ਇਹ ਸਰਕਾਰਾਂ ਕਰਾਉਂਦੀਆਂ ਵਾ, ਇਹ ਮੋਦੀ ਡਿਆ ਵਾ ਕਰਵਾਉਣ, ਇਹ ਭਗਵੰਤ ਮਾਨ ਡਿਆ ਵਾ, ਇਹ ਪ੍ਰਸ਼ਾਸਨ ਡਿਆ ਕਰਵਾਉਣ, ਆਪਾਂ ਤਾਂ ਇਹਨਾਂ ਨੂੰ ਕਹਾਂਗੇ, ਠੀਕ ਹੈ ਨਾ। ਅਤੇ ਇੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿੱਥੇ ਵੀ ਬਿਰਬੀ ਹੁੰਦੀ ਆ ਉੱਥੇ ਵੀ ਸਾਰਿਆਂ ਸਿੰਘਾਂ ਨੂੰ, ਸਿੱਖ ਸੰਗਤ ਨੂੰ ਬੇਨਤੀ ਹੈ ਝਟਕਾ ਦਿਉ ਉਹਨਾਂ ਨੂੰ, ਉਹਨੂੰ ਛੱਡਣਾ ਨਹੀਂ, ਉਹਦਾ ਕੱਖ ਵੀ ਨਹੀਂ ਰਹਿਣ ਦੇਣਾ, ਆਪਾਂ ਆਪੇ ਸਾਂਭ ਲਾਂਗੇ, ਤੁਸੀਂ ਸਾਡੇ ਤੁਹਾਡੇ ਚਰਨਾਂ ਦੇ ਵਿੱਚ ਸਾਡੀ ਬੇਨਤੀ ਹੈ ਬਸ। ਬਾਬਾ ਜੀ, ਇਹ ਜਦੋਂ ਤੁਸੀਂ ਪਹੁੰਚੇ ਜਿਸਾ ਦੱਸਿਆ ਕਿ ਬੇਅਦਬੀ ਹੋਈ ਹੈ, ਉਸ ਤੋਂ ਬਾਅਦ ਫਿਰ ਪ੍ਰਸ਼ਾਸਨ ਨਾਲ ਗੱਲਬਾਤ ਚੱਲੀ ਹੈ, ਹੁਣ ਕਿਸੇ ਸਿੱਟੇ ਤੇ ਗੱਲ ਪਹੁੰਚੀ ਹੈ, ਨਤੀਜੇ ਤੇ ਪਹੁੰਚੀ ਹੈ, ਕੀ ਫੈਸਲਾ ਹੈ ਅਗਲਾ? ਜਾਂ ਨਤੀਜਾ ਨਹੀਂ ਕੋਈ ਵੀ ਨਿਕਲਦਾ ਹੁੰਦਾ, ਜਦੋਂ ਧਾਰਾ ਹੀ 295 ਲਾਈ ਨਤੀਜਾ ਕੀ ਨਿਕਲੂ? ਫੌਜ ਆਪਣੀ ਹੁਣੇ ਕਹਿਣ ਡਈ ਸੀ, ਕਹਿੰਦੇ ਬਾਬਾ ਜੀ ਉੱਤੇ 302 ਵੀ ਲਵਾਤੀ ਆ, ਉੱਤੇ ਆ ਵੀ, ਮੈਂ ਉੱਤੇ ਫਿਰ ਤੁਸੀਂ ਭਾਵੇਂ UAPA ਲਵਾ ਦਿਓ। ਜੱਜ ਕੋ ਗਿਆ, ਉਹਨੇ ਕਹਿਣਾ ਵੀ ਦੱਸੋ ਕੀ ਇਹਦੇ ਕੋ ਬਰਾਮਦ ਹੋਇਆ, ਕਿਹੜਾ ਇਹਨੇ ਕਤਲ ਕੀਤਾ, ਜਿਹੜੀ ਧਾਰਾ ਜੱਜ ਨੇ ਉਹ ਲਾਉਣੀ ਆ 295 ਲਾਈ, 10 ਦਿਨਾਂ ਦੇ ਵਿੱਚ ਬੰਦੇ ਨੇ ਬਾਹਰ ਆ ਜਾਣਾ, ਇਹ ਇਹਨਾਂ ਨੂੰ ਫਿਰ ਗਨਮੈਨ ਮਿਲ ਜਾਣੇ ਆ, ਠੀਕ ਆ। ਸਿਹਤ 'ਤੇ ਆਪਾਂ ਦੇਣ ਡੇ ਹਾਂ, ਆਪਾਂ ਸ਼ਹਿਰ 'ਤੇ ਆਪਾਂ ਦੇਣੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ, ਕਿੰਨੀਆਂ ਬੇਅਦਬੀਆਂ ਹੁੰਦੀਆਂ ਇੱਥੇ ਜੰਡਿਆਲਾ ਮੰਜਕੀ ਪਿੰਡ ਜਲੰਧਰ ਦੇ ਲਾਗੇ, ਕਿ ਕਮੇਟੀ ਦੀ ਸ਼ਹਿ ਦੇ ਨਾਲ ਹੀ, ਗੁਰਮੁਖੋ ਕਮੇਟੀ ਦੀ ਸ਼ਹਿ ਦੇ ਨਾਲ ਉਹਨਾਂ ਦੁਸ਼ਟਾਂ ਨੇ ਉਹ ਭਈਏ ਨੂੰ ਸੱਦ ਕੇ ਅਤੇ ਉੱਥੇ ਜਿਹੜਾ ਉਹਨੇ ਬੇਅਦਬੀ ਕੀਤੀ, ਆਪਣਾ ਸ਼ਰਲਾ ਮਾਰਿਆ ਮੂਤਿਆ ਉਹਨੇ ਉੱਥੇ, ਅਤੇ ਇੱਥੇ ਫਲੋਰ ਲਾਗੇ ਵੀ ਬੇਅਦਬੀ ਹੋਈ। ਹੁਣ ਜੇ ਇੱਥੇ ਅੰਮ੍ਰਿਤਸਰ ਸਾਹਿਬ ਵੀ ਨਿਸ਼ਾਨ ਸਾਹਿਬ ਥਾਂ ਥਾਂ ਆਪਾਂ ਨੂੰ ਸਤਰਕ ਹੋਣਾ ਪੈਣਾ, ਖਾਲਸਾ ਜੀ ਇਹਨਾਂ ਨੇ ਕੱਖ ਵੀ ਨਹੀਂ ਜੇ ਕਰਨਾ ਤੁਹਾਡਾ ਨਾ ਸਵਾਰਨਾ, ਜੇ ਆਪਾਂ ਨੂੰ ਹੀ ਕਰਨਾ ਪੈਣਾ, ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਇਹ ਗੁਰੂ। ਜੇ ਕੋਈ ਕਹਿੰਦਾ ਵਾ ਫਿਰ ਮਗਰ ਨਹੀਂ ਆਉਂਦਾ ਕੋਈ, ਮਗਰ ਵੇਖੀਏ ਵੀ ਆਪਾਂ ਮਗਰ ਨਹੀਂ ਕੋਈ ਵੀ ਆਉਣਾ ਦਾ, ਆਪਾਂ ਗੁਰੂ ਗ੍ਰੰਥ ਦੇ ਪੰਥ ਵਾਸਤੇ ਜੇ ਤੁਰਾਂਗੇ ਨਾ, ਆਪਾਂ ਇਹ ਇੱਛਾ ਨਹੀਂ ਰੱਖਣੀ ਕੋਈ ਮਗਰ ਨਹੀਂ ਆਉਂਦਾ, ਮਗਰ ਨਹੀਂ ਕਿਸੇ ਨੇ ਆਉਣਾ, ਮਗਰ ਇਹ ਸਮਝ ਕੇ ਜਾਣਾ ਆਪਾਂ ਕਾਰਜ ਕਰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਬਨਾਲੇ ਵਾਲੇ ਕੇਸ ਦੇ ਵਿੱਚ ਹਰ ਮਹੀਨੇ 20,000 ਤੋਂ ਨਾ ਪਰਿਵਾਰਾਂ ਨੂੰ ਦੇ ਕੇ ਆ ਰਹੇ ਆਪਾਂ। ਬਾਬਾ ਜੀ, ਪ੍ਰਸ਼ਾਸਨ ਨੇ ਕੀ ਜਾਣਕਾਰੀ ਦਿੱਤੀ ਹੈ, ਹੁਣ ਕੀ ਕਾਰਵਾਈ ਕਰਨੀ ਹੈ? ਪ੍ਰਸ਼ਾਸਨ ਨੇ ਕਿਹਾ ਆ ਕਿ IG ਸਾਹਿਬ ਨੇ ਇੱਥੇ ਇਹਨਾਂ ਨੇ ਕਿਹਾ ਵੀ ਜਿਨ੍ਹਾਂ ਨੇ ਬੇਅਦਬੀ ਕੀਤੀ, ਜਿਹਨੇ ਬੇਅਦਬੀ ਕੀਤੀ ਉਹ ਦੁਸ਼ਟ ਤੇ ਪਰਚਾ ਵੀ ਹੋ ਗਿਆ ਵਾ, ਤੇ ਜਿਹੜੇ ਉੱਥੇ ਦੇ ਪ੍ਰਬੰਧ ਆ ਕਮੇਟੀ ਆ ਉਹਨਾਂ ਤੇ ਵੀ ਪਰਚਾ ਹੋਇਆ ਵਾ। ਉਹਨਾਂ ਹੁਣ ਸਿੱਖ ਸੰਗਤ ਦਾ ਕੀ ਫੈਸਲਾ ਹੈ ਅੱਗੇ ਇਸੇ ਘਟਨਾ ਤੇ? ਸਿੱਖ ਸੰਗਤ ਦਾ ਫੈਸਲਾ ਜਿਹੜਾ ਸਿੱਖ ਸੰਗਤ ਹੀ ਦੱਸ ਸਕਦੀ ਆ, ਇਹਨਾਂ ਸਿੱਖ ਸੰਗਤ ਨੂੰ ਆਪਾਂ ਨਹੀਂ ਕਹਿ ਸਕਦੇ ਵੀ ਤੁਸੀਂ ਆਪਣੇ ਘਰਾਂ ਨੂੰ ਜਾਓ ਜਾਂ ਤੁਸੀਂ ਉੱਧਰ ਜਾਓ, ਸਾਡੀ ਕੀ ਕਰਤੂਤ ਹੈ ਆਪਾਂ ਕਿਉਂ ਕਹਾਂਗੇ, ਸਾਡੀ ਨਹੀਂ ਕੋਈ ਵੀ ਕਰਤੂਤ, ਆਪਾਂ ਨਹੀਂ ਕਹਿ ਸਕਦੇ। ਇਹ ਕਰਕੇ ਹੁਣ ਸਿੱਖ ਸੰਗਤ ਨੂੰ ਪੁੱਛ ਸਕਦੇ ਤੇ ਆਪਾਂ ਇੱਥੇ ਹੀ ਆ ਜੇ।
ਇਹ ਜਿਹੜਾ ਅੱਜ ਘਟਨਾ ਵਾਪਰੀ ਹੈ, ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਘਟਨਾ ਕੀ ਵਾਪਰੀ ਹੈ, ਕਿੱਦਾਂ ਤੁਹਾਡੇ ਤੱਕ ਪਹੁੰਚ ਹੋਈ ਹੈ, ਤੁਸੀਂ ਕੀ ਦੇਖਿਆ ਔਰ ਹੁਣ ਕੀ ਸਥਿਤੀ ਹੈ? ਦੇਖੋ ਜੀ, ਇਹ ਬੜੀ ਹੀ ਮੰਦਭਾਗੀ ਘਟਨਾ ਅੱਜ ਫਿਰ ਵਾਪਰੀ ਹੈ, ਬਲਕਿ ਅੱਜ ਦੋ ਘਟਨਾਵਾਂ ਵਾਪਰੀਆਂ ਨੇ। ਇੱਕ ਅੱਜ ਸਵੇਰੇ 5 ਵਜੇ ਗੁਰਦੁਆਰਾ ਭੋਰਾ ਸਾਹਿਬ ਬਾਬਾ ਬਕਾਲਾ ਸਾਹਿਬ ਵਿਖੇ ਘਟਨਾ ਵਾਪਰੀ ਹੈ। ਇੱਥੇ ਕਰੀਬ 2 ਤੋਂ 3 ਵਜੇ ਦੇ ਕਰੀਬ ਭਗਵਾਨਪੁਰਾ ਪਿੰਡ ਹੈ ਇੱਥੇ ਪਲੱਥ ਦੇ ਲਾਗੇ, ਉੱਥੇ ਘਟਨਾ ਵਾਪਰੀ ਹੈ। ਮਤਲਬ ਜਿੱਦਾਂ ਮਿਥ ਕੇ ਕੌਨਸਪੀਰੇਸੀ, ਤੁਸੀਂ 15 ਵਾਲਾ ਜਾਂ 16 ਵਾਲਾ ਉਹ ਸਮਾਂ ਸਾਨੂੰ ਯਾਦ ਕਰਾ ਤਾ ਅੱਜ ਦੇ ਦਿਨ ਨੇ ਕਿ ਹਰ ਪਾਸਿਓਂ ਅਟੈਕ ਹੋ ਰਿਹਾ। ਕਿਹਦੇ 'ਤੇ ਅਟੈਕ ਹੋ ਰਿਹਾ? ਪੰਜਾਬ ਜਿਉਂਦਾ ਗੁਰਾਂ ਦੇ ਨਾਂ ਉੱਤੇ, ਉਸ ਗੁਰੂ ਸਾਹਿਬ ਦੇ ਉੱਤੇ ਅਟੈਕ ਹੋ ਰਿਹਾ ਅਤੇ ਮਿਥ ਕੇ ਅਟੈਕ ਕੀਤੇ ਜਾ ਰਹੇ ਨੇ। ਅਤੇ ਇਸ ਅੱਜ ਜਿਹੜੀ ਘਟਨਾ ਵਾਪਰੀ ਆ ਉਹ ਬਿਲਕੁਲ ਸ਼ਡਯੰਤਰ, ਸੁਭਾਨਪੁਰ ਦੇ ਲਾਗੋਂ ਉਹ ਚੱਲ ਕੇ ਉੱਥੇ ਗਿਆ, ਉੱਥੇ ਜਾ ਕੇ ਪਹਿਲਾਂ ਉਹਨੇ ਗੋਲਕ ਛੇੜੀ ਆ, ਫਿਰ ਉਹਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੰਗ ਭੰਗ ਕੀਤੇ ਨੇ, ਫਿਰ ਉਹ ਮਹਾਰਾਜ ਦੇ ਸਰੂਪ ਦੀ ਬੇਅਦਬੀ ਕੀਤੀ ਆ। ਤੋ ਐਡੇ ਘਨੌਣੇ ਕਾਰਵਾਈਆਂ ਹੈ ਨਾ, ਅਤੇ ਲਗਾਤਾਰ ਅਜੇ ਸਾਨੂੰ ਪਹਿਲੀ ਨਹੀਂ ਸੀ ਭੁੱਲੀ, ਜੰਡਿਆਲੇ ਵਾਲੀ, ਮੰਜਕੀ ਵਾਲੀ, ਉੱਥੇ ਦਾ ਬੰਦਾ ਅਜੇ ਫੜ ਕੇ ਜੇ ਇੱਥੇ ਤੱਕ ਪਹੁੰਚਿਆ ਨਹੀਂ। ਅਤੇ ਅਗਲੀਆਂ 2 ਘਟਨਾਵਾਂ ਅੱਜ ਵਾਪਰ ਗਈਆਂ ਅਤੇ ਸਾਡੀ ਹੁਣੇ ਪੁਲਿਸ ਦੇ ਨਾਲ ਵੀ ਗੱਲ ਹੋਈ, ਪੁਲਿਸ ਨੇ ਖੈਰ ਉਹਨੂੰ ਆਪਣੀ ਕਸਟਡੀ 'ਚ ਲਿਆ ਹੋਇਆ, ਉਹਦੇ ਕੋਈ ਸਰਟੀਫਿਕੇਟ ਲੱਗੀ ਹੈ, ਪਰ ਉਹ ਕਹਿੰਦੇ ਨੇ ਵੀ ਅਸੀਂ ਪਰਚਾ ਜਿਹੜਾ ਦੇ ਦਿੱਤਾ ਵਾ ਉਹਦੇ 'ਤੇ। ਹੁਣ ਪਰਚਾ ਜਿਹੜਾ ਉਹ ਤਾਂ ਆਪਾਂ ਨੂੰ ਪਤਾ ਹੀ ਹੈ, ਸਾਰੇ ਤੁਸੀਂ ਸਿਆਣੇ ਪੱਤਰਕਾਰ ਹੋ, ਵੀ ਪਰਚੇ 'ਚੋਂ ਕੀ ਨਿਕਲਣਾ? ਕੱਖ ਵੀ ਨਹੀਂ ਨਿਕਲਣਾ। ਇਹ ਤਾਂ ਸਿਰਫ ਇੱਕ ਲਿਪਾ ਪੋਚੀ ਹੈ ਕਿ 295 ਜਾਂ ਹੁਣ ਧਾਰਾ ਉਹਦਾ ਨਾਮ ਬਦਲ ਦਿੱਤਾ, ਹੈ ਤਾਂ ਉਹ ਹੀ ਹੈ 3 ਸਾਲ ਦੀ ਵੱਧ ਤੋਂ ਵੱਧ ਸਜ਼ਾ, ਮੌਕੇ 'ਤੇ ਜ਼ਮਾਨਤ ਉਹਨੇ ਬਾਹਰ ਆਣ ਕੇ ਸਾਨੂੰ ਟੀਚਰਾਂ ਕਰਨੀਆਂ। ਅਤੇ ਇਸੇ ਚੀਜ਼ ਨੂੰ ਲੈ ਕੇ, ਇਸੇ ਦੁੱਖ ਨੂੰ ਲੈ ਕੇ ਅੱਠੇ ਪੈਰ ਟਹਿਲ ਸੇਵਾ ਲਹਿਰ ਵੱਲੋਂ ਜਿਹੜੀ ਆਪਾਂ ਪਿਛਲੇ 3 ਸਾਲਾਂ ਤੋਂ ਕੋਸ਼ਿਸ਼ਾਂ ਕਰਦੇ ਪਏ ਹਾਂ, ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਹੁਕਮਨਾਮਾ ਜਾਰੀ ਹੋਇਆ। ਆਹ ਜਿਹੜਾ ਹੁਕਮਨਾਮਾ ਤੁਸੀਂ ਸਾਹਮਣੇ ਦੇਖਦੇ ਪਏ ਹੋ, 15 ਤਰੀਕ ਨੂੰ ਜਿਹੜਾ ਹੁਕਮਨਾਮਾ ਜਾਰੀ ਹੋਇਆ, ਇਹ ਉਹ ਹੈ ਜਿਹਦੇ 'ਚ ਅਕਾਲ ਤਖਤ ਸਾਹਿਬ ਨੇ ਸਪਸ਼ਟ ਕੀਤਾ, ਸਪਸ਼ਟ ਹਦਾਇਤ ਹੈ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਕਿ 24 ਘੰਟੇ ਸੇਵਾਦਾਰ ਦਾ ਉੱਥੇ ਹੋਣਾ ਯਕੀਨੀ ਬਣਾਇਆ ਜਾਏ। ਹੁਣ ਕੋਈ ਵੀ ਘਟਨਾ ਤੁਸੀਂ ਲੈ ਲਓ, ਬੁਰਜ ਜਵਾਹਰ ਸਿੰਘ ਵਾਲੇ ਤੋਂ ਲੈ ਕੇ ਇਸ ਘਟਨਾ ਤੱਕ ਲੈ ਲਓ, ਕਿ ਕੋਈ ਕਾਰਨ ਤੁਹਾਨੂੰ ਮਿਲੇਗਾ। ਤੁਸੀਂ ਪੁੱਛਿਆ ਨਾ ਹੁਣੇ ਵੀ ਕੀ ਹੋਇਆ, ਕਿਉਂ ਹੋ ਗਿਆ? ਉਹ ਇਸ ਲਈ ਗਿਆ ਕਿ ਉੱਥੇ ਮੌਜੂਦ ਕੋਈ ਨਹੀਂ ਸੀ। ਕਿਉਂ ਬਾਬਾ ਜੀ, ਜੇ ਕੋਈ ਮੌਜੂਦ ਹੁੰਦਾ ਫਿਰ ਥੋੜ੍ਹਾ ਬੇਅਦਬੀ ਹੋ ਜਾਣੀ ਸੀ। ਸੋ ਅਕਾਲ ਤਖਤ ਸਾਹਿਬ ਨੇ ਇਹ ਸਪਸ਼ਟ ਹਦਾਇਤ ਕਰ ਦਿੱਤੀ ਹੈ। ਮੈਂ ਆਪ ਮੀਡੀਆ ਦੇ ਸਾਹਮਣੇ ਆ 2 ਲਾਈਨਾਂ ਪੜ੍ਹਨੀਆਂ, ਹੁਕਮਨਾਮਾ ਤਾਂ ਲੰਮਾ, ਜਿਹੜੀ ਮੁੱਖ ਤੌਰ ਦੇ ਉੱਤੇ ਲਾਈਨ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ, ਇਸ ਮੀਟਿੰਗ ਵਿੱਚ ਸਰਬ ਸੰਮਤੀ ਦੇ ਨਾਲ ਫੈਸਲਾ ਹੋਇਆ ਹੈ ਕਿ ਹਰ ਗੁਰਦੁਆਰਾ ਸਾਹਿਬ ਵਿੱਚ 24 ਘੰਟੇ ਲਈ ਪੱਕੇ ਤੌਰ 'ਤੇ ਸੇਵਾਦਾਰੀ ਦੀ ਡਿਊਟੀ ਯਕੀਨੀ ਬਣਾਈ ਜਾਏ। ਇਸ ਵਿੱਚ ਕੁਤਾਹੀ ਪਾਏ ਜਾਣ 'ਤੇ ਜਾਂ ਬੇਅਦਬੀ ਹੋਣ ਦੀ ਸੂਰਤ ਵਿੱਚ ਗੁਰਦੁਆਰਾ ਸਾਹਿਬ ਜੀ ਦੇ ਗ੍ਰੰਥੀ ਸਾਹਿਬ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੋਏਗੀ ਅਤੇ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ। ਹੁਣ ਗੱਲ ਇਹ ਆ ਸੰਗਤ ਜੀ, ਇਹ ਹੁਕਮਨਾਮਾ ਜਾਰੀ ਹੋ ਚੁੱਕਾ ਤਾਂ ਹੁਣ ਇਹਨੂੰ ਲਾਗੂ ਕਰਨਾ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬੇਨਤੀ ਕਰਦਾ, ਜਿੱਥੇ ਆਪਾਂ ਸ਼ਤਾਬਦੀਆਂ ਮਨਾਉਣੀਆਂ, ਆਪਾਂ ਬਾਬਾ ਬਕਾਲਾ ਸਾਹਿਬ ਦਾ ਜੋੜ ਮੇਲਾ ਮਨਾ ਰਹੇ, ਇਸ ਹੁਕਮਨਾਮਾ ਸਾਹਿਬ ਨੂੰ ਘਰ ਘਰ ਤੱਕ ਪਹੁੰਚਾਓ। ਤੁਹਾਡੇ ਕੋਲ ਜ਼ਰੀਏ ਬਹੁਤ ਜ਼ਿਆਦਾ ਨੇ, ਬਹੁਤ ਵੱਡੇ ਜ਼ਰੀਏ ਨੇ। ਸਾਰੀਆਂ ਸੰਪਰਦਾਂ, ਸਾਰੀਆਂ ਸੰਸਥਾਵਾਂ ਨੂੰ ਬੇਨਤੀ ਕਰਦਾ ਕਿ ਇਹ ਹੁਕਮਨਾਮੇ ਨੂੰ ਘਰ ਘਰ ਤੱਕ ਪਹੁੰਚਾਓ, ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ ਪਹਿਰੇ ਲਾਈਏ। ਇਹ ਪਹਿਰਿਆਂ ਦੇ ਬਗੈਰ ਕੰਮ ਨਹੀਂ ਸਰਨਾ, ਇਹ ਪੰਜਾਬ ਦੀ ਏਕਤਾ ਨੂੰ, ਪੰਜਾਬ ਦੀ ਅਖੰਡਤਾ ਨੂੰ ਅੱਗ ਲਾਉਣ ਵਾਲੀ ਗੱਲ ਹੈ। ਮੈਨੂੰ ਪਰਸੋਂ ਫੋਨ ਆਇਆ ਪਟਿਆਲੇ ਤੋਂ, ਇੱਕ ਮੰਦਿਰ ਦੇ ਪ੍ਰਧਾਨ ਸਾਹਿਬ ਨੇ ਮੇਰੇ ਨਾਲ ਦੁੱਖ ਸਾਂਝਾ ਕੀਤਾ, ਕਹਿੰਦਾ ਭਾਈ ਸਾਹਿਬ ਇਹ ਪੰਜਾਬ ਦੇ ਮਾਹੌਲ ਨੂੰ ਫਿਰ ਤੋਂ ਅੱਗ ਲਾਉਣ ਦੀਆਂ ਕੋਸ਼ਿਸ਼ਾਂ ਨੇ। ਸੋ ਅਸੀਂ ਸਾਰੇ ਪੰਜਾਬੀਆਂ ਨੇ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਉੱਤੇ ਇੱਥੋਂ ਦੇ ਸਾਰੇ ਸ਼ਰਧਾਲੂ ਨੇ, ਗੁਰੂ ਸਾਹਿਬ ਨੂੰ ਕਿਹੜਾ ਨਹੀਂ ਮੱਥਾ ਟੇਕਦਾ ਇੱਥੇ ਪੰਜਾਬ 'ਚ, ਆਪਾਂ ਸਾਰੇ ਰਲ ਮਿਲ ਕੇ ਇਹਨਾਂ ਬੇਅਦਬੀਆਂ ਨੂੰ ਡੱਕਾ ਲਾਉਣਾ, ਆਪਾਂ ਗੁਰੂ ਘਰਾਂ 'ਚ ਪਹਿਰੇ ਲਾਈਏ ਤਾਂ ਕਿ ਅੱਗੇ ਤੋਂ ਬੇਅਦਬੀਆਂ ਨਾ ਹੋਣ। ਅਤੇ ਸਰਕਾਰ ਤੋਂ ਮੰਗ ਕਰਦੇ ਹਾਂ, ਸਰਕਾਰ ਤੋਂ ਮੰਗ ਹੈ
ਇਸ ਕਾਨੂੰਨ ਨੂੰ ਸਖ਼ਤ ਕਰ ਦਿਓ। ਮੱਧ ਪ੍ਰਦੇਸ਼ ਦੇ ਵਿੱਚ ਗਊ ਮਾਤਾ ਦੀ ਹੱਤਿਆ ਦਾ ਜਾਂ ਕੋਈ ਇੱਦਾਂ ਦਾ ਕੇਸ ਹੋ ਜੇ ਤਾਂ ਉੱਥੇ ਸਿੱਧੀ NSA ਲੱਗਦੀ ਆ। ਉਹਨਾਂ ਨੇ ਆਪਣਾ ਕਾਨੂੰਨ ਬਣਾਇਆ ਹੋਇਆ, ਕਿਉਂ ਨਹੀਂ ਇਹ ਪੰਜਾਬ ਆਪਣੇ ਗੁਰੂ ਪਿਤਾ ਗੁਰੂ ਗ੍ਰੰਥ ਸਾਹਿਬ ਵਾਸਤੇ ਐਸਾ ਕਾਨੂੰਨ ਬਣਾ ਸਕਦਾ? ਸੋ ਬੇਨਤੀ ਹੈ ਸਾਰਿਆਂ ਲੀਡਰਾਂ ਅੱਗੇ ਹੱਥ ਬੰਨ ਕੇ ਬੇਨਤੀ ਆ, ਇਸ ਚੀਜ਼ 'ਤੇ ਪੋਲੀਟਿਕਸ ਕਰਨੀ ਛੱਡ ਦੇਈਏ, ਸਾਰੇ ਇਕੱਠੇ ਹੋ। ਤੁਸੀਂ ਸਰਵ ਪਾਰਟੀ ਮੀਟਿੰਗ ਸੱਦੋ। ਹਾਂ, ਕਿੰਨੀ ਕੁ ਵਾਰੀ ਇੱਦਾਂ ਦੀਆਂ ਕਵਰੇਜਾਂ ਮੀਡੀਆ ਨੇ ਕਰਨੀਆਂ ਜਾਂ ਸਾਡੇ ਵਰਗਿਆਂ ਨੇ ਬੋਲਣਾ? ਆਪਾਂ ਇਸ ਪੰਜਾਬ ਦੇ ਮਸਲੇ ਦਾ ਪੱਕਾ ਹੱਲ ਕਰ ਲਈਏ। ਸਾਰੀਆਂ ਪਾਰਟੀਆਂ ਰਲ ਕੇ ਇੱਕ ਮਤਾ ਪਕਾ ਲਵੋ, ਜਿਹੜਾ ਪੰਜਾਬ 'ਚ ਬੇਅਦਬੀ ਕਰਦਾ ਉਹਨੂੰ ਕਤਲ ਦੇ ਤੁਲ ਸਜ਼ਾ ਜਿਹੜੀ ਆ ਉਹ ਦਿੱਤੀ ਜਾਏ। ਐਥੀਕਲੀ ਤੁਸੀਂ ਸਾਰੇ ਰਾਜ਼ੀ ਹੋ, ਪਰ ਹੰਬਲਾ ਤਾਂ ਮਾਰਨਾ ਪੈਣਾ, ਇਹਦੇ ਬਗੈਰ ਕੰਮ ਨਹੀਂ ਜੇ ਹੋਣਾ। ਇਹ ਬੇਨਤੀਆਂ ਸਾਡੀਆਂ ਮੀਡੀਆ ਵਾਲਿਆਂ ਤੱਕ ਤੇ ਸਰਕਾਰਾਂ ਤੱਕ ਤੇ ਸੰਗਤਾਂ ਤੱਕ। ਇੱਕ ਸਵਾਲ ਹੈ ਆਖਰੀ, ਜਿੱਦਾਂ ਤੁਸੀਂ ਕਿ ਹੁਕਮਨਾਮਾ ਜਾਰੀ ਹੋਇਆ ਸੇਵਾ ਦਾ, ਕੀ ਇਸ ਘਟਨਾ ਦੇ ਵਿੱਚ ਇਸ ਹੁਕਮਨਾਮੇ ਦੇ ਤਹਿਤ ਵੀ ਕਾਰਵਾਈ ਦੀ ਮੰਗ ਕਰਦੇ? ਹਾਂਜੀ ਬਿਲਕੁਲ, ਅਸੀਂ ਹੁਕਮਨਾਮਾ ਸਾਹਿਬ ਦੀ ਕਾਪੀ ਦਿੱਤੀ ਆ ਜੀ, ਕਮਿਸ਼ਨਰ ਸਾਹਿਬ ਨੂੰ ਕਾਪੀ ਦਿੱਤੀ ਆ। ਅਸੀਂ ਆਖਿਆ ਵੀ ਇਹ ਤੁਸੀਂ ਹੁਕਮਨਾਮਾ ਆਪਣੇ ਸਾਰੇ ਪੰਜਾਬ ਦੇ ਵਿੱਚ, ਅਸੀਂ ਤਾਂ ਉਹਨਾਂ ਨੂੰ ਵੀ ਬੇਨਤੀ ਕੀਤੀ ਸਾਡੀ DG ਸਾਹਿਬ ਨਾਲ ਇੱਕ ਮੁਲਾਕਾਤ ਕਰਵਾ ਦਿਓ, ਤਾਂ ਕਿ ਕਿਉਂਕਿ ਵੇਖੋ ਜਦੋਂ ਕਿਤੇ ਘਟਨਾ ਵਾਪਰਦੀ ਆ ਆਪਾਂ ਤਾਂ ਦੁਖੀ ਹੁੰਦੇ ਹੀ ਹੁੰਦੇ ਹਾਂ, ਸਿੱਖਾਂ ਨੇ ਤਾਂ ਦੁਖੀ ਹੋਣਾ ਹੀ, ਪੁਲਿਸ ਵੀ ਪਰੇਸ਼ਾਨ ਹੁੰਦੀ ਆ, ਪੁਲਿਸ ਦੇ ਵਿੱਚ ਵੀ ਜਿਹੜੇ ਅਫਸਰ ਨੇ ਉਹ ਵੀ ਸਿੱਖ ਨੇ ਜਾਂ ਦੂਜੇ ਵੀ ਨੇ, ਉਹਨਾਂ ਨੂੰ ਵੀ ਤਾਂ ਦਰਦ ਹੁੰਦਾ। ਸੋ ਮੈਂ ਬੇਨਤੀ ਕਰਦਾ ਕਿ ਪੁਲਿਸ ਦੇ ਸਾਰੇ ਗਰੁੱਪਾਂ ਦੇ ਵਿੱਚ ਹੁਕਮਨਾਮਾ ਪਾਇਆ ਜਾਏ, ਸਾਰੇ ਪ੍ਰਚਾਰਕ ਸਾਹਿਬਾਨਾਂ ਦੇ ਗਰੁੱਪਾਂ ਦੇ ਵਿੱਚ ਹੁਕਮਨਾਮਾ ਪਾਇਆ ਜਾਏ, ਸਾਰੀਆਂ ਪ੍ਰਬੰਧਕ ਕਮੇਟੀਆਂ ਤੱਕ ਪਹੁੰਚਿਆ ਜਾਏ, ਤਾਂ ਸਾਰੇ ਰਲ ਕੇ। ਪੁਲਿਸ ਕਮਿਸ਼ਨਰ ਨਾਲ ਤੁਹਾਡੀ ਵੀ ਗੱਲ ਹੋਈ ਆ ਕਿ ਉਹਨਾਂ ਨੇ ਇਸ ਮਾਮਲੇ ਤਹਿਤ ਕੋਈ ਧਾਰਾ ਦੱਸੀਆਂ ਕਿ ਧਾਰਾ ਕਿਹੜੀ ਕਿਹੜੀ ਹੋਈ? ਧਾਰਾ ਤਾਂ ਉਹੀ ਜਿਹੜੀ 295 ਦਾ ਨਵਾਂ ਹੁਣ ਨਾ ਅਜੇ ਮੈਨੂੰ ਯਾਦ ਨਹੀਂ ਹੋ, ਹਨਾ ਉਹ ਮੇਰੇ ਖਿਆਲ 99 ਹੋ ਗਿਆ ਕੁਛ ਇੱਦਾਂ ਕਰਕੇ, ਉਹ ਧਾਰਾ ਜਿਹੜੀ ਲੱਗੀ ਹੈ। ਪਰ ਇਹਦੇ ਚੋਂ ਕੱਖ ਨਹੀਂ ਨਿਕਲਣਾ, ਇਹ ਤਾਂ ਸਿਰਫ ਇਹ ਹੁੰਦਾ ਵੀ ਜਿਹੜਾ ਰੋਸ ਆ ਵੀ ਹਾਂ ਪਰਚਾ ਦਰਜ ਹੋ ਗਿਆ, ਪਰਚਾ ਕਿੰਨੇ ਪਰਚੇ ਆਪਾਂ ਦਰਜ ਕਰਾ ਲਏ, ਕਿੰਨੇ ਬੰਦੇ ਇਹਨਾਂ ਕੋਲ ਅੰਦਰ, ਕਿਉਂਕਿ ਜਦੋਂ ਕੋਈ ਬੰਦਾ ਮਰ ਜਾਂਦਾ ਨਾ ਉਦੋਂ ਕਹਿੰਦੇ ਉਹਨੂੰ ਮਾਰਿਆ ਕਿਉਂ, ਸਾਨੂੰ ਪਤਾ ਕਿੱਦਾਂ ਲੱਗੇਗਾ? ਹੁਣ ਪਤਾ ਤਾਂ ਫਿਰ ਜਿਹਨਾਂ ਨੇ ਲਾਉਣਾ ਉਹੀ ਲਾ ਸਕਦੇ ਨੇ ਨਾ। ਪੁਲਿਸ ਨੂੰ ਵੀ ਬੇਨਤੀ ਹੈ ਕਿ ਇਹਨਾਂ ਕੇਸਾਂ 'ਚ ਜ਼ਰੂਰ ਸਾਨੂੰ ਕੁਝ ਕੱਢ ਕੇ ਦਿਓ, ਇਹਨਾਂ ਦੇ ਪਿੱਛੇ ਕੌਣ ਹੈ? 8 ਸਾਲ ਹੋ ਗਏ ਨੇ ਸੰਗਤਾਂ ਨੂੰ ਰੋਂਦਿਆਂ ਤਰਲੇ ਮਾਰਦਿਆਂ, ਤੇ ਸਾਨੂੰ ਦੱਸੋ ਦੱਸੇ ਇਹਨਾਂ ਦੇ ਪਿੱਛੇ ਕੌਣ ਹੈ? ਇਹ ਬੇਨਤੀ ਸਾਡੀ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਮ ਇਹ ਜਿਹੜੀ ਅੱਜ ਇਸ ਘਟਨਾ ਹੋਈ ਹੈ ਭਗਵਾਨਪੁਰ ਦੇ ਵਿੱਚ, ਕੀ ਘਟਨਾ ਸੀ ਔਰ ਪੁਲਿਸ ਦੀ ਕੀ ਕਾਰਵਾਈ ਰਹੀ ਹੈ, ਕੀ ਜਾਂਚ ਕਰ ਰਹੀ ਹੈ? ਸਾਨੂੰ ਸ਼ਾਮ ਕਰੀਬ 3:30 ਸਾਨੂੰ ਇੰਟੀਮੇਸ਼ਨ ਮਿਲੀ ਸੀ ਕਿ ਭਗਵਾਨਪੁਰ ਪਿੰਡ 'ਚ ਕੋਈ ਬੰਦਾ ਗੁਰਦੁਆਰੇ 'ਚ ਵੜ ਗਿਆ, ਉੱਥੇ ਉਹਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੌਕੇ 'ਤੇ ਸਾਡਾ SHO ਉੱਥੇ ਪਹੁੰਚ ਗਿਆ, ਅਸੀਂ ਬੰਦਾ ਰਾਊਂਡ ਅਪ ਕਰ ਲਿਆ, ਰਾਊਂਡ ਅਪ ਕਰਕੇ ਅਸੀਂ ਕਾਰਵਾਈ ਕੀਤੀ, ਅਸੀਂ ਪਰਚਾ ਕੱਟਤਾ ਹੋਇਆ ਬੇਅਦਬੀ ਔਰ 307 ਦੇ ਜਿਹੜੇ ਸੈਕਸ਼ਨ ਹੈ ਅਸੀਂ ਲਾਤੇ ਹੋਏ ਹੈ, ਔਰ ਬਾਕੀ ਜਿਹੜੀ ਕਾਰਵਾਈ ਹੈ ਉਸ ਨਾਲ ਮਿਲਾ ਰਹੇ ਹਾਂ। ਪਤਾ ਲੱਗਦਾ ਹੈ ਬੰਦੇ ਦਾ ਨਾਮ, ਅਸੀਂ ਹੁਣ ਤਸਦੀਕ ਕਰਦੇ ਪਏ ਹਾਂ, ਪਰ ਇਹ ਰਹਿਣ ਵਾਲਾ ਕਿਤੇ ਦਾ ਇਹ ਹੁਣ ਅਸੀਂ ਵੈਰੀਫਾਈ ਕਰ ਰਹੇ ਹਾਂ, ਬੰਦੇ ਦਾ ਨਾਮ ਹਰਦੇਵ ਸਿੰਘ ਹੈਗਾ, ਔਰ ਬਾਕੀ ਜਿਹੜੀ ਤਫਤੀਸ਼ ਹੈ ਉਹ ਅਸੀਂ ਜਲਦ ਤੋਂ ਜਲਦ ਮੁਕੰਮਲ ਕਰਕੇ ਇਹਨੂੰ ਕੇਸ ਨੂੰ ਸਵੇਰਾਂ। ਹੁਣ ਸਥਿਤੀ ਕਿੱਦਾਂ ਦੀ ਹੈ? ਹੁਣ ਸਥਿਤੀ ਸਾਡੀ ਬਿਲਕੁਲ ਪੂਰੀ ਕੰਟਰੋਲ 'ਤੇ ਹੈ, ਸਾਨੂੰ ਬੜਾ ਕੋਆਪਰੇਟ ਕੀਤਾ ਪਬਲਿਕ ਨੇ ਵੀ, ਔਰ ਬੜੀ ਵਧੀਆ ਕਾਰਵਾਈ ਰਹੀ, ਪੁਲਿਸ ਵਾਸੀਆਂ ਨੂੰ ਸਾਨੂੰ ਬਹੁਤ ਬੜਾ ਕੋਆਪਰੇਟ ਕੀਤਾ, ਹੁਣ ਸਾਰਾ ਲਾਅ ਐਂਡ ਆਰਡਰ ਸਿਚੁਏਸ਼ਨ ਬਿਲਕੁਲ ਪੀਸਫੁਲ ਹੈ, ਸਿਚੁਏਸ਼ਨ ਪੂਰੀ ਕੰਟਰੋਲ 'ਤੇ ਹੈ, ਸਾਰੇ ਬੰਦੇ ਇੱਥੇ ਜਾ ਚੁੱਕੇ ਹਨ, ਸਾਰਾ ਕੁਝ ਅਸੀਂ ਵਧੀਆ ਤਰੀਕੇ ਨਾਲ ਨਿਬੇੜਦਾ। ਧਰਨਾ ਲੱਗਿਆ ਹੋਇਆ, ਕੋਈ ਬੰਦੇ ਕੋਈ ਪ੍ਰਦਰਸ਼ਨ ਹੈ, ਕੋਈ ਏਦਾਂ ਦੀ ਗੱਲ ਨਹੀਂ ਹੈ, ਸਾਰਾ ਮੈਟਰ ਅਸੀਂ ਨਿਬੇੜਦਾ ਹੈ, ਔਰ ਹੁਣ ਅਸੀਂ ਇਨਵੈਸਟੀਗੇਸ਼ਨ ਪੱਖ ਧਿਆਨ ਦੇਵਾਂਗੇ, ਇਨਵੈਸਟੀਗੇਸ਼ਨ ਅਸੀਂ ਜਲਦ ਤੋਂ ਜਲਦ ਕੰਪਲੀਟ ਕਰਕੇ ਆਰੋਪੀ ਦੇ ਹਾਲਾਤ ਠੀਕ। ਹਾਂ, ਆਰੋਪੀ ਦੇ ਹਾਲਾਤ ਠੀਕ।
ਥੈਂਕ ਯੂ।